ਮੈਂ ਸਤ ਖੜਾ ਹਾਂ ਲੁਧਿਆਣਾ ਦੇ ਬੱਲੋਵਾਲ ਪਿੰਡ ਵਿੱਚ। ਭਾਰਤ ਫਿਲਮ ਦੀ ਸ਼ੂਟਿੰਗ ਜਿਹੜੀ ਆ ਸਲਮਾਨ ਖਾਨ ਦੀ ਇਸੇ ਪਿੰਡ ਵਿੱਚ ਜਿਹੜੀ ਆ ਜਿਹੜੀ ਸ਼ੂਟ ਕੀਤੀ ਗਈ ਆ। ਵਾਘਾ ਬਾਰਡਰ ਦਾ ਜਿਹੜਾ ਸੈੱਟ ਜਿਹੜਾ ਲਗਾਇਆ ਗਿਆ ਸੀਗਾ, ਅੱਜ ਉਹ ਸੈੱਟ ਜਿਹੜੀ ਆ ਉਤਾਰਿਆ ਜਾ ਰਿਹਾ ਵਾ। ਜਿਹੜਾ ਫਿਲਮ ਦਾ ਜਿਹੜਾ ਪੜਾਅ ਆ ਇਹ ਖਤਮ ਹੋ ਚੁੱਕਾ ਹੈ। ਇਸ ਤੋਂ ਬਾਅਦ ਜਿਹੜਾ ਵਾ ਬਿਲਗਾ ਚ ਜਿਹੜੀ ਆ ਅਟਾਰੀ ਬਾਰਡਰ ਦਾ ਜਿਹੜਾ ਅਟਾਰੀ ਸਟੇਸ਼ਨ ਦਾ ਸੀਨ ਦਿੱਤਾ ਗਿਆ, ਉੱਥੇ ਜਿਹੜੀ ਸ਼ੂਟਿੰਗ ਚੱਲ ਰਹੀ ਹੈ ਸਲਮਾਨ ਖਾਨ ਦੀ। ਪਿਛਲੇ ਦਿਨਾਂ ਤੋਂ ਜਿਹੜੇ ਸਲਮਾਨ ਖਾਨ ਲੁਧਿਆਣਾ ਵਿੱਚ ਠਹਿਰੇ ਹੋਏ ਹਨ, ਵੱਖ ਵੱਖ ਪੜਾਵਾਂ 'ਚ ਜਿਹੜੀ ਹੈ ਸ਼ੂਟਿੰਗ ਚੱਲ ਰਹੀ ਹੈ ਭਾਰਤ ਫਿਲਮ ਦੀ। ਭਾਰਤ ਪਾਕ ਰਿਸ਼ਤਿਆਂ ਨੂੰ ਜਿਹੜੀ ਇਹ ਫਿਲਮ ਬਣਾਈ ਗਈ ਹੈ। ਅਟਾਰੀ ਜਿਹੜਾ ਬਾਰਡਰ ਦਾ ਜਿਹੜਾ ਸੀਨ ਦਿੱਤਾ ਗਿਆ ਸੀਗਾ, ਵਾਘਾ ਬਾਰਡਰ ਦਾ ਜਿਹੜਾ ਸੀਨ ਦਿੱਤਾ ਗਿਆ ਸੀ ਇਸੇ ਪਿੰਡ ਵਿੱਚ, ਤੁਸੀਂ ਦੇਖ ਸਕਦੇ ਹੋ ਜੰਗਲਿਆਂ ਦਾ ਜਿਹੜਾ ਐਂਗਲ ਲਗਾਇਆ ਗਿਆ ਹੈ, ਕਿਸ ਤਰ੍ਹਾਂ ਦੇ ਐਂਗਲ ਬਣਾਇਆ ਗਿਆ ਹੈ ਸੁਰੱਖਿਆ ਲਈ। ਦੂਸਰੀ ਤਰਫ ਜਿਹੜਾ ਪਾਕਿਸਤਾਨ ਜਿਹੜਾ ਬਾਰਡਰ ਜਿਹੜਾ ਤੁਸੀਂ ਦੇਖ ਸਕਦੇ ਹੋ, ਪਾਕਿਸਤਾਨ ਬਾਰਡਰ ਦਾ ਜਿਹੜਾ ਸੈੱਟ ਦਿਖਾਇਆ ਗਿਆ ਹੈ ਉਹ ਇਸੇ ਲੋਕੇਸ਼ਨ 'ਤੇ ਜਿਹੜਾ ਬਣਾਇਆ ਗਿਆ ਸੀ। ਇਸੇ ਤਰਫ ਜਿਹੜਾ ਦੂਸਰੀ ਤਰਫ ਜਿਹੜਾ ਵਾਘਾ ਬਾਰਡਰ 'ਚ ਜਿਹੜਾ ਸੇਮ ਸੈੱਟ ਆ ਉਸ ਬੁੱਕ ਜਿਹੜੀ ਨਕਲ ਕੀਤੀ ਗਈ ਆ। ਇਸੇ ਤਰ੍ਹਾਂ ਭਾਰਤ ਦਾ ਜਿਹੜਾ ਸੈੱਟ ਬਣਾਇਆ ਗਿਆ ਹੈ, ਭਾਰਤ ਫਿਲਮ ਦਾ ਜਿਹੜਾ ਗੇਟ ਬਣਾਇਆ ਗਿਆ ਸੀ ਇਸ ਜਗ੍ਹਾ 'ਤੇ, ਤੁਸੀਂ ਦੇਖ ਸਕਦੇ ਹੋ ਗੇਟ ਦੀਆਂ ਤਸਵੀਰਾਂ, ਜਿਹੜਾ ਭਾਰਤੀ ਝੰਡੇ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇਸੇ ਜਗ੍ਹਾ 'ਤੇ ਜਿਹੜਾ ਇਹ ਸੈੱਟ ਬਣਾਇਆ ਗਿਆ ਸੀ, ਅੱਜ ਉਸ ਸੈੱਟ ਨੂੰ ਉਤਾਰਿਆ ਜਾ ਰਿਹਾ ਵਾ, ਕਿਉਂਕਿ ਇਸ ਜਗ੍ਹਾ 'ਤੇ ਜਿਹੜੀ ਫਿਲਮ ਦੀ ਸ਼ੂਟਿੰਗ ਆ ਉਹ ਸਮਾਪਤ ਹੋ ਚੁੱਕੀ ਆ। ਲਾਸਟ ਪੜਾਅ ਦੀ ਜਿਹੜੀ ਸ਼ੂਟਿੰਗ ਜਿਹੜੀ ਚੱਲ ਰਹੀ ਹੈ ਸਲਮਾਨ ਖਾਨ ਦੀ, ਉਹ ਬਿਲਗਾ ਪਿੰਡ 'ਚ ਜਿਹੜਾ ਸਟੇਸ਼ਨ 'ਤੇ ਜਿਹੜਾ ਰੂਪ ਦਿੱਤਾ ਗਿਆ ਹੈ, ਅਟਾਰੀ ਸਟੇਸ਼ਨ ਦਾ ਰੂਪ ਦਿੱਤਾ ਗਿਆ, ਉਸੇ ਜਗ੍ਹਾ 'ਤੇ ਜਿਹੜੀ ਸ਼ੂਟਿੰਗ ਜਾ ਰਹੀ ਹੈ। ਇਹ ਕਾਫੀ ਦਿਨਾਂ ਤੋਂ ਜਿਹੜੀ ਲੁਧਿਆਣਾ ਦੇ ਬੱਲੋਵਾਲ ਪਿੰਡ 'ਚ ਜਿਹੜੀ ਇਸੇ ਜਗ੍ਹਾ 'ਤੇ ਜਿਹੜੀ ਸ਼ੂਟਿੰਗ ਕੀਤੀ ਗਈ ਸੀ, ਅੱਜ ਉਹ ਸੈੱਟ ਨੂੰ ਜਿਹੜਾ ਵਾ ਉਤਾਰ ਦਿੱਤਾ ਜਾ ਰਿਹਾ ਵਾ। ਵਾਘਾ ਬਾਰਡਰ ਦਾ ਜਿਹੜਾ ਸੀਨ ਸੀ ਇੱਥੇ ਇਸੇ ਲੋਕੇਸ਼ਨ 'ਤੇ ਦਿਖਾਇਆ ਗਿਆ ਸੀ। ਇਹ ਮਾਰਗ ਜਿਹੜਾ ਦਿਖਾਇਆ ਗਿਆ ਸੀਗਾ, ਭਾਰਤ ਪਾਕਿਸਤਾਨ ਦਾ ਜਿਹੜਾ ਮਾਰਗ ਬਣਾਇਆ ਗਿਆ ਸੀ ਇਸ ਨੂੰ। ਅੱਜ ਇਸ ਫਿਲਮ ਦਾ ਜਿਹੜਾ ਪੜਾਅ ਹੋਇਆ ਜਿਹੜਾ ਖਤਮ ਹੋ ਚੁੱਕਾ ਹੈ। ਇਸ ਤੋਂ ਬਾਅਦ ਜਿਹੜੀ ਜਲੰਧਰ ਦੇ ਵਿੱਚ ਜਿਹੜਾ ਬਿਲਗਾ ਪਿੰਡ 'ਚ ਜਿਹੜਾ ਬਿਲਗਾ ਪਿੰਡ ਆ ਉੱਥੇ ਅਟਾਰੀ ਸਟੇਸ਼ਨ ਦਾ ਰੂਪ ਦੇ ਕੇ ਉਸ ਜਗ੍ਹਾ 'ਤੇ ਜਿਹੜੀ ਸ਼ੂਟਿੰਗ ਕੀਤੀ ਜਾ ਰਹੀ ਹੈ। ਮੈਂ ਸਤ ਖੜਾ ਹਾਂ ਲੁਧਿਆਣਾ ਦੇ ਗੁਜਰਵਾਲ ਪਿੰਡ ਵਿੱਚ, ਗੁਜਰਵਾਲ ਦਾ ਉਹ ਸਕੂਲ ਜਿੱਥੇ ਸਲਮਾਨ ਖਾਨ ਦੀ ਭਾਰਤ ਫਿਲਮ ਦੀ ਜਿਹੜੀ ਸ਼ੂਟਿੰਗ ਕੀਤੀ ਗਈ ਹੈ। ਦੋ ਦਿਨ ਪਹਿਲਾਂ ਇਸ ਫਿਲਮ ਇਸੇ ਸਕੂਲ 'ਚ ਜਿਹੜੀ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ। ਗੁਜਰਵਾਲ ਦਾ ਉਹ ਸੀਨੀਅਰ ਸੈਕੰਡਰੀ ਸਕੂਲ ਆ ਜਿੱਥੇ ਅਮੀਰ ਖਾਨ ਦੀ ਫਿਲਮ ਦੀ ਦੰਗਲ ਦੀ ਫਿਲਮ ਦੀ ਸ਼ੂਟਿੰਗ ਇਸੇ ਸਕੂਲ ਵਿੱਚ ਕੀਤੀ ਗਈ ਸੀ। ਮੈਂ ਇੱਥੇ ਇੱਕ ਚੀਜ਼ ਦਿਖਾਉਣਾ ਚਾਹਾਂਗਾ ਕਿ ਇੱਥੇ ਇੱਕ ਨਕਸ਼ਾ ਬਣਾਇਆ ਗਿਆ ਹੈ। ਇਹ ਨਕਸ਼ਾ ਦੱਸਿਆ ਜਾ ਰਿਹਾ 1857 ਦਾ ਜਿਹੜਾ ਨਕਸ਼ਾ ਜਿਹੜਾ ਬਣਿਆ ਹੈ। ਇਹਦੇ ਵਿੱਚ ਜਿਹੜਾ ਪਾਕਿਸਤਾਨ ਵੀ ਜਿਹੜਾ ਜਦੋਂ ਵੰਡ ਤੋਂ ਪਹਿਲਾਂ ਦਾ ਜਿਹੜਾ ਪਾਕਿਸਤਾਨ ਆ ਉਹ ਵੀ ਇਸ ਜਿਹੜਾ ਨਕਸ਼ੇ ਵਿੱਚ ਨਜ਼ਰ ਆ ਰਿਹਾ ਹੈ। ਇਸੇ ਸਕੂਲ 'ਚ ਅੱਜ ਜਿਹੜੀ ਨੇ ਭਾਰਤ ਫਿਲਮ ਦੀ ਜਿਹੜੀ ਸ਼ੂਟਿੰਗ ਕੀਤੀ ਗਈ ਆ, ਸਲਮਾਨ ਖਾਨ ਦੀ ਫਿਲਮ ਦੀ ਸ਼ੂਟਿੰਗ, ਉਹਨਾਂ ਦਾ ਬਚਪਨ ਦਾ ਜਿਹੜਾ ਰੋਲ ਆ ਇਸੇ ਸਕੂਲ 'ਚ ਦਿਖਾਇਆ ਗਿਆ। ਮੈਂ ਤੁਹਾਨੂੰ ਉਸ ਕਲਾਸ 'ਚ ਲੈ ਕੇ ਜਾਵਾਂਗਾ ਜਿੱਥੇ ਸਲਮਾਨ ਖਾਨ ਦਾ ਜਿਹੜਾ ਰੋਲ ਕੀਤਾ ਗਿਆ ਸੀ, ਬਚਪਨ ਦਾ ਰੋਲ ਜਿਹੜਾ ਬੱਚਿਆਂ ਵੱਲੋਂ ਕੀਤਾ ਗਿਆ ਸੀਗਾ। ਹਾਲਾਂਕਿ ਸਲਮਾਨ ਖਾਨ ਖੁਦ ਇਸ ਸਕੂਲ ਵਿੱਚ ਜਿਹੜੇ ਨੇ ਉਹ ਨਹੀਂ ਪਹੁੰਚੇ। ਉਹਨਾਂ ਦਾ ਜਿਹੜਾ ਬਚਪਨ ਦਾ ਰੋਲ ਇਸ ਸਕੂਲ 'ਚ ਦਿਖਾਇਆ ਗਈ, ਇਹ ਉਹੀ ਕਲਾਸ ਰੂਮ ਹੈ ਜਿੱਥੇ ਸਲਮਾਨ ਖਾਨ ਦੀ ਭਾਰਤ ਫਿਲਮ ਦੀ ਸ਼ੂਟਿੰਗ ਦਾ ਜਿਹੜਾ ਸੀਨ ਦਿਖਾਇਆ ਗਿਆ। ਬੱਚੇ ਦਾ ਰੋਲ ਜਿਹੜਾ ਸਲਮਾਨ ਖਾਨ ਦਾ ਬਚਪਨ ਦਾ ਰੋਲ ਇਸੇ ਕਲਾਸ ਰੂਮ 'ਚ ਦਿਖਾਇਆ ਗਿਆ। ਹਾਲਾਂਕਿ ਇਹ ਕਲਾਸ ਰੂਮ ਜਿਹੜਾ ਹੈਗਾ ਇਹਨੂੰ ਸੈੱਟ ਲਗਾ ਕੇ ਜਿਹੜਾ ਪੂਰੀ ਤਰ੍ਹਾਂ ਚੇਂਜ ਕੀਤਾ ਗਿਆ ਸੀਗਾ। ਇਹ ਜਿਹੜਾ ਫਿਲਮ 'ਚ ਜਿਹੜਾ ਦ੍ਰਿਸ਼ ਨਜ਼ਰ ਆਉਣਗੇ ਇਸ ਸਕੂਲ ਦੇ ਜਾਂ ਇਸ ਕਲਾਸ ਰੂਮ ਦਾ ਜਿਹੜਾ ਦ੍ਰਿਸ਼ ਨਜ਼ਰ ਆਊਗਾ ਉਹ ਪੂਰੀ ਤਰ੍ਹਾਂ ਚੇਂਜ ਆਊਗਾ, ਕਿਉਂਕਿ ਸੈੱਟ ਲਗਾ ਕੇ ਇਸ ਜਿਹੜਾ ਪੂਰੇ ਰੂਮ ਨੂੰ ਜਿਹੜਾ ਚੇਂਜ ਕੀਤਾ ਗਿਆ ਸੀਗਾ। ਫਿਲਹਾਲ ਜਿਹੜਾ ਸਕੂਲ ਦੀ ਜਿਹੜੀ ਹਾਲਤ ਹੈ ਉਹ ਜਿਹੜੀ ਆ ਬੜੀ ਹੀ ਜਿਹੜੀ ਫਿਲਮ ਜਿਹੜੀ ਛੁੱਟੀ ਜਿਹੜੀ ਤੁਸੀਂ ਦੇਖ ਸਕਦੇ ਤਸਵੀਰਾਂ ਜਿਹੜੀ ਸਕੂਲ ਦੇ ਹਾਲਾਤ ਨੇ ਬੜੇ ਖਰਾਬ ਦਿਖ ਰਹੇ ਨੇ। ਇਸੇ ਸਕੂਲ 'ਚ ਬਾਲੀਵੁੱਡ ਦੀਆਂ ਜਿਹੜੀਆਂ ਦੋ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਦੰਗਲ ਫਿਲਮ ਜਿਹੜੀ ਆ ਅਮੀਰ ਖਾਨ ਦੀ ਉਹ ਵੀ ਇਸੇ ਸਕੂਲ 'ਚ ਸ਼ੂਟ ਕੀਤੀ ਗਈ ਸੀ, ਜਿਹਦੇ 'ਚ ਅਮੀਰ ਖਾਨ ਇਸ ਸਕੂਲ 'ਚ ਨਜ਼ਰ ਆਏ ਨੇ। ਅੱਜ ਇਸੇ ਸਕੂਲ ਦੇ ਵਿੱਚ ਜਿਹੜੀ ਆ ਸਲਮਾਨ ਖਾਨ ਦੇ ਭਾਰਤ ਫਿਲਮ ਦੀ ਜਿਹੜੀ ਸ਼ੂਟਿੰਗ ਕੀਤੀ ਗਈ ਆ, ਆਉਣ ਵਾਲੇ ਸਮੇਂ 'ਚ ਇਹ ਸਕੂਲ ਜਿਹੜਾ ਭਾਰਤ ਫਿਲਮ 'ਚ ਨਜ਼ਰ ਆਵੇਗਾ। ਮੇਰੇ ਨਾਲ ਕੁਝ ਬੱਚੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਲਮਾਨ ਖਾਨ ਇਸ ਸਕੂਲ 'ਚ ਆਏ ਸੀ ਕਿ ਨਹੀਂ ਆਏ ਸੀ? ਸਲਮਾਨ ਖਾਨ ਨਹੀਂ ਆਏ ਜੀ, ਉਹਨਾਂ ਦੇ ਬਚਪਨ ਦਾ ਰੋਲ ਉਰੇ ਹੋਇਆ ਜੀ, ਤਾਂ ਸਾਨੂੰ ਬਹੁਤ ਚੰਗਾ ਲੱਗਿਆ। ਸਾਡੇ ਸਕੂਲ ਵਿੱਚ ਦੋ ਫਿਲਮਾਂ ਬਣੀਆਂ, ਦੰਗਲ ਫਿਲਮ ਵੀ ਇਸੇ ਸਕੂਲ 'ਚ ਬਣੀ ਆ। ਕਿੱਦਾਂ ਲੱਗਾ ਸੀ ਉਦੋਂ ਅਮੀਰ ਖਾਨ ਮਿਲੇ ਸੀ ਤੁਹਾਨੂੰ? ਹਾਂਜੀ, ਅਮੀਰ ਖਾਨ ਨਾਲ ਮੁਲਾਕਾਤ ਹੋਈ ਜੀ, ਸਾਨੂੰ ਬਹੁਤ ਚੰਗਾ ਲੱਗਿਆ, ਉਹ ਸਾਰਿਆਂ ਨਾਲ ਮਿਲ ਕੇ ਜਾਂਦੇ ਸੀ। ਅੱਛਾ, ਸਲਮਾਨ ਖਾਨ ਦੀ ਫਿਲਮ ਦੀ ਸ਼ੂਟਿੰਗ ਇਸ ਸਕੂਲ 'ਚ ਹੋਈ ਆ, ਕਿੱਦਾਂ ਸੈਟਅਪ ਲੱਗਾ ਸੀ, ਤੁਸੀਂ ਦੇਖਿਆ ਸੀਗਾ ਕੋਈ ਸੈਟਅਪ? ਕਿੱਦਾਂ ਸੈਟ ਦੇਖਿਆ ਸੀ? ਕਈ ਸਾਰੀਆਂ ਅਲਮਾਰੀਆਂ ਲਿਆਂਦੀਆਂ ਸੀ, ਬੁੱਕਸ ਲਿਆਂਦੀਆਂ ਸੀ, ਅਤੇ ਬਾਕੀ ਪਲਾਂਟ ਹਰੇ ਬਾਈ ਦਿਖਾਈ ਸੀਗੀ ਉਹਨਾਂ ਨੇ, ਅਤੇ ਇੱਥੇ ਸਟੱਡੀ ਰੂਮ ਬਣਾਇਆ ਹੋਇਆ ਸੀਗਾ, ਜਿਵੇਂ ਲਾਇਬ੍ਰੇਰੀ ਹੁੰਦੀ ਆ ਜਾਂ ਸਟਾਫ ਰੂਮ ਹੁੰਦਾ, ਉਹ ਬਣਾਇਆ ਹੋਇਆ ਸੀਗਾ। ਜਿਹੜੇ ਬੱਚੇ ਆਏ ਸੀ ਤੁਸੀਂ ਦੇਖੇ ਸੀ ਉਹਨਾਂ ਦੀ ਵਰਦੀਆਂ ਕਿੱਦਾਂ ਦੀ ਸੀਗੀਆਂ ਜਾਂ ਕੁਛ? ਉਹ ਨਹੀਂ ਦੇਖੇ ਸੀ, ਕੋਲ ਨਹੀਂ ਜਾਣ ਦਿੱਤਾ ਤੁਹਾਨੂੰ? ਹਾਂਜੀ, ਸਿਕਿਉਰਿਟੀ ਕਰਕੇ ਕੋਲ ਨਹੀਂ ਜਾਣ ਦਿੰਦੇ ਸੀਗੇ। ਇਹ ਸਕੂਲ ਦੇ ਵੀ ਕੁਛ ਬੱਚੇ ਸੀਗੇ ਜਾਂ ਬਾਹਰੋਂ ਬੱਚੇ ਆਏ ਸੀ ਸਾਰੇ? ਬਾਹਰੋਂ ਆਏ ਸੀਗੇ ਸਾਰੇ ਬੱਚੇ, ਇੱਥੇ ਸਕੂਲ ਦੇ ਨਹੀਂ ਸੀਗੇ ਕੋਈ ਵੀ ਬੱਚਾ।
ਇਸ ਸਾਲ ਸਕੂਲ ਦੇ ਬੱਚੇ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਸਕੂਲ ਜਿਹੜਾ ਸਲਮਾਨ ਖਾਨ ਦਾ ਬਚਪਨ ਦਾ ਰੋਲ ਕੀਤਾ ਗਿਆ ਹੈ, ਉਹ ਜਿਹੜੇ ਬੱਚੇ ਸਾਰੇ ਬਾਹਰੋਂ ਆਏ ਸਨ, ਜਿਹੜਾ ਕਲਾਸ ਰੂਮ ਜਿਹੜਾ ਪੂਰੀ ਤਰ੍ਹਾਂ ਚੇਂਜ ਕੀਤਾ ਹੋਇਆ ਸੀ, ਸੈਟਅਪ ਲਗਾ ਕੇ ਜਿਹੜਾ ਪੂਰੀ ਤਰ੍ਹਾਂ ਚੇਂਜ ਕੀਤਾ ਗਿਆ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਕਰਤਾਰ ਸਿੰਘ ਸਰਾਭਾ, ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਇਸੇ ਸਕੂਲ 'ਚ ਪੜ੍ਹੇ ਹਨ। ਅੱਜ ਬੋਲੀਵੁੱਡ 'ਚ ਦੋ ਫਿਲਮਾਂ 'ਚ ਜਿਹੜਾ ਇਸ ਸਕੂਲ ਨੂੰ ਦਿਖਾਇਆ ਜਾ ਰਿਹਾ ਹੈ, ਬੜੀ ਚੰਗੀ ਗੱਲ ਹੈ ਕਿ ਇਸ ਫਿਲਮ ਜਿਹੜੀ ਭਾਰਤ ਫਿਲਮ 'ਚ ਜਿਹੜੀ ਸਲਮਾਨ ਖਾਨ ਦਾ ਬਚਪਨ ਦਾ ਰੋਲ ਇਸੇ ਸਕੂਲ 'ਚ ਦਿਖਾਇਆ ਜਾ ਰਿਹਾ, ਕਿਉਂਕਿ 1857 ਦਾ ਇਹ ਸਕੂਲ ਜਿਹੜਾ ਬਣਿਆ ਹੈ ਬੋਲੀਵੁੱਡ ਦੀ ਫਿਲਮਾਂ 'ਚ, ਇਹ ਸਕੂਲ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਲੁਧਿਆਣਾ ਤੋਂ ਨਰਿੰਦਰ ਬੇਹੰਦੂ, ਜਗਬਾਣੀ ਟੀਵੀ।